ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਜੀ ਮਹਾ ਕਵਰੇਜ, ਜੋ ਕਿ ਲੋਕ ਸਭਾ 2019 ਚੋਣਾਂ ਦੀ ਚੱਲਦੀ ਪਈ ਹੈਗੀ ਹੈ। ਹੋਰ ਅਕਾਲ ਚੈਨਲ ਤੁਹਾਨੂੰ ਲਗਾਤਾਰ ਅਸੀਂ ਤੁਹਾਨੂੰ ਜੋੜ ਰਹੇ ਹੈਗੇ ਹਾਂ ਸਾਰੇ ਇਹਨਾਂ ਖਬਰਾਂ ਦੇ ਨਾਲ। ਹੋਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜੋ ਕਿ ਪਾਰਲੀਮੈਂਟ ਦਾ ਸਫ਼ਰ ਜਿਹੜਾ ਹੈਗਾ, ਕੌਣ ਤੈਅ ਕਰਦਾ ਹੈਗਾ ਪਾਰਲੀਮੈਂਟ ਦੇ ਵਿੱਚ ਕੌਣ ਲੋਕ ਸਭਾ 2019 ਦੇ ਵਿੱਚ ਆਉਂਦਾ ਹੈਗਾ। ਔਰ ਇਸ ਲਾਲ ਕਿਲੇ ਦੇ ਵਿੱਚ ਜੋ ਧਵਜ ਲਹਿਰਾਏਗਾ ਉਹ ਤਾਂ ਕਲੀਅਰ ਹੋ ਚੁੱਕਾ ਹੈਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਉਹ ਹੁਣ ਤੈਅ ਹੈਗਾ ਕਿ ਉਹ ਇਸੇ ਲਾਲ ਕਿਲੇ ਤੋਂ ਹੁਣ ਪ੍ਰਧਾਨ ਮੰਤਰੀ ਬਣ ਕੇ ਅਗਲੇ 5 ਸਾਲ ਤੱਕ ਧਵਜ ਜਿਹੜਾ ਹੈਗਾ ਫਹਿਰਾਉਣਗੇ। ਔਰ ਪਾਰਲੀਮੈਂਟ ਦੇ ਰਸਤਾ ਜਿਹੜਾ ਹਜੇ ਵੀ ਥੋੜ੍ਹਾ ਜਿਹਾ ਦੂਰ ਲੱਗਦਾ ਹੈਗਾ ਕਈ ਲੋਕਾਂ ਵਾਸਤੇ, ਔਰ ਕਈ ਲੋਕਾਂ ਵਾਸਤੇ ਉਹ ਨੇੜੇ ਵੀ ਬਣ ਚੁੱਕਾ ਹੈਗਾ। ਆਓ ਤੁਹਾਨੂੰ ਦਿਖਾਉਂਦੇ ਹਾਂ ਔਰ ਦਿੱਲੀ ਦੀ ਸੀਟਾਂ ਦੇ ਐਨਾਲਿਸਿਸ ਅਸੀਂ ਕਰਾਂਗੇ, ਕਿਉਂਕਿ ਅਕਾਲ ਚੈਨਲ ਦੀ ਜੋ ਦਿੱਲੀ ਸਟੂਡੀਓ ਦੀ ਜਿਹੜੀ ਟੀਮ ਹੈਗੀ ਹੈ ਉਹ ਲਗਾਤਾਰ ਲੱਗੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਸਾਰੇ ਜਿੱਥੇ ਯੂਕੇ ਯੂਰਪ ਦੀ ਟੀਮਾਂ ਲੱਗੀਆਂ ਹੋਈਆਂ, ਸਾਡੇ ਦਿੱਲੀ ਦੀ ਟੀਮਾਂ ਵੀ ਜਿਹੜੇ ਹੈਗੇ ਆ, ਸਾਡੇ ਟੈਕਨੀਸ਼ੀਅਨਸ ਜਿਹੜੇ ਹੈਗੇ ਲਗਾਤਾਰ ਸਾਰੇ ਲਾਈਵ ਰਿਜ਼ਲਟਸ ਜਿਹੜੇ ਹੈਗੇ ਉਹਨੂੰ ਦਿਖਾਉਣ ਵਾਸਤੇ ਲੱਗੇ ਹੋਏ ਆ। ਅਸੀਂ ਵੀ ਇਸ ਟਾਈਮ ਗੱਲ ਕਰਾਂਗੇ ਦਿੱਲੀ ਦੀ ਸੀਟਾਂ ਦੇ ਬਾਰੇ ਕਿ ਦਿੱਲੀ ਦੀ ਸੀਟਾਂ ਦਾ ਜਿਹੜਾ ਹੈਗਾ ਕੀ ਸਟੇਟਸ ਹੈਗਾ, ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਲਗਾਤਾਰ ਤੁਸੀਂ ਦੇਖ ਰਹੇ ਹੋ ਔਰ ਆਪਾਂ ਚਾਹਾਂਗੇ ਸਾਰਾ ਤੁਸੀਂ ਇਹ ਲਾਈਵ ਦੇਖ ਰਹੇ ਹੋਗੇ ਅਕਾਲ ਚੈਨਲ ਦੇ ਫੇਸਬੁੱਕ ਪੇਜ 'ਤੇ, ਔਰ ਜੋ ਵੀ ਤੁਹਾਡਾ ਸਵਾਲ ਹੋਏ ਉਹ ਤੁਸੀਂ ਪੁੱਛ ਵੀ ਸਕਦੇ ਹੈਗੇ ਹੋ, ਤੁਸੀਂ ਜਿਹੜਾ ਹੈਗਾ ਸ਼ੇਅਰ ਵੀ ਕਰ ਸਕਦੇ ਹੋ ਇਸ ਫੇਸਬੁੱਕ ਲਾਈਵ ਨੂੰ। ਦਿੱਲੀ ਦੀ ਸੀਟਾਂ ਦੀ ਗੱਲ ਕਰਾਂਗੇ ਕਿ ਦਿੱਲੀ ਦੇ ਵਿੱਚ ਸੱਤੋ ਦੀ ਸੱਤੋ ਸੀਟਾਂ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਦੀ ਸੀਗੀ, ਉਹ ਫੇਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਉਹਨਾਂ ਸੱਤੋ ਸੀਟਾਂ ਨੂੰ ਜਿਹੜਾ ਹੈਗਾ ਆਪਣੇ ਉੱਪਰ ਜਿਹੜਾ ਹੋਏ ਅਤੇ ਦਾਅਵਾ ਜਿਹੜਾ ਮਜ਼ਬੂਤ ਕੀਤਾ ਹੈਗਾ। ਸੱਤਾਂ ਸੀਟਾਂ 'ਤੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਦਾਅਵੇਦਾਰੀ ਪੱਕੀ ਹੋਈ ਹੈ। ਆਓ ਕਿਹੜੀ ਉਹ ਸੀਟਾਂ ਨੇ, ਹੋਰ ਕੀ ਉਹਦਾ ਰਿਜ਼ਲਟ ਰਿਹਾ, ਹੋਰ ਕਿੰਨੇ ਕੁ ਵੋਟਾਂ ਤੋਂ ਕੈਂਡੀਡੇਟਸ ਹਜੇ ਵੀ, ਜੇ ਤੁਹਾਨੂੰ ਦੱਸ ਦਈਏ ਕਿ ਬਹੁਤ ਜਿਹੜੀ ਹੈਗੀ ਸਾਰੀ ਕੰਸਟੀਟੈਂਸੀ ਦੇ ਵਿੱਚ ਆਪਾਂ ਜੇ ਸੱਤਾ ਦੀ ਗੱਲ ਕਰੀਏ ਤਾਂ ਜਿੱਥੇ ਬੀਜੇਪੀ ਦਾ ਕਬਜ਼ਾ ਇਹਨਾਂ ਸੱਤਾਂ ਸੀਟਾਂ 'ਤੇ ਹੋਇਆ, ਅਤੇ ਇਹਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲਦੀ ਪਈ ਹੈ ਕਿ ਸਿਰਫ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਿ ਦਿੱਲੀ ਦੇ ਵਿੱਚ ਇੱਕ ਸਮੇਂ ਦੇ ਵਿੱਚ 70 ਵਿਧਾਨ ਸਭਾ 'ਚੋਂ 67 ਸੀਟਾਂ ਜਿੱਤੀ ਸੀਗੀ, ਉਹ ਹੁਣ ਜੋ ਕਿ ਜਿਹਦੇ ਵਿੱਚ ਉਹਦੇ 1-2 MLA ਅੱਗੇ ਵੀ ਅੱਗੇ ਪਿੱਛੇ ਵੀ ਘੱਟ ਹੋਏ, ਅਤੇ ਹੁਣ ਸਿਰਫ ਸੈਕਿੰਡ ਨੰਬਰ 'ਤੇ ਵੀ ਉਹ ਕਿਤੇ ਵੀ ਤਾਂ ਸੀਟ ਤਾਂ ਉਹ ਕੱਢ ਨਹੀਂ ਪਾਈ, ਪਰ ਸੈਕਿੰਡ ਨੰਬਰ 'ਤੇ ਸਿਰਫ 2 ਸੀਟਾਂ ਦੇ ਵਿੱਚ ਆਈ। ਹੋਰ ਕਾਂਗਰਸ ਜੋ ਕਿ ਇੱਕ ਬਹੁਤ ਵੱਡੀ ਪਾਰਟੀ ਸੀਗੀ ਉਹਦੇ ਵਾਸਤੇ ਇੱਕ ਬਿਹਤਰੀ ਦੀ ਗੱਲ ਜ਼ਰੂਰ ਹੈਗੀ, ਇਹ ਖੁਸ਼ਖਬਰੀ ਦੀ ਗੱਲ ਤਾਂ ਨਹੀਂ ਪਰ ਇੱਕ ਬਿਹਤਰੀ ਦੀ ਗੱਲ ਜ਼ਰੂਰ ਹੈਗੀ ਹੈ ਕਿ ਉਹ 5 ਸੀਟਾਂ 'ਤੇ ਆਪਣਾ ਸੈਕਿੰਡ ਨੰਬਰ ਜਿਹੜਾ ਹੈਗਾ ਉਹਨੇ ਮੈਂਟੇਨ ਕੀਤਾ ਹੈਗਾ। ਲਗਾਤਾਰ ਜਿਹੜਾ ਹੈਗਾ ਉਹ ਮੁਕਾਬਲੇ ਵਿੱਚ ਲੜਦੀ ਰਹੀ ਹੈ, ਪਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਉਹਨੂੰ ਹਾਰ ਦਾ ਮੂੰਹ ਜਿਹੜਾ ਹੈਗਾ ਦੇਖਣਾ ਪਿਆ, ਐਤਕੀ ਫਿਰ ਉਹਨੂੰ ਹਾਰ ਦਾ ਮੂੰਹ ਜਿਹੜਾ ਹੈਗਾ ਦੇਖਣਾ ਪਿਆ ਹੈਗਾ। ਕਿਹੜੀ ਕਿਹੜੀ ਸੀਟਾਂ ਨੇ, ਕਿਹੜੇ ਕਿਹੜੇ ਹੋਰ ਐਨਾਲਿਸਿਸ ਨੇ, ਸਭ ਤੋਂ ਪਹਿਲੇ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਫੋਨ ਤੁਸੀਂ ਖੋਲ੍ਹ ਸਕਦੇ ਹੋ ਔਰ ਫੋਨ ਦੇ ਵਿੱਚ ਅਕਾਲ ਚੈਨਲ ਨੂੰ ਟਾਈਪ ਕਰਕੇ ਇਸ ਫੇਸਬੁੱਕ ਲਾਈਵ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ, ਅਸੀਂ ਮੈਂ ਵੀ ਸ਼ੇਅਰ ਕਰਾਂਗਾ, ਤੁਸੀਂ ਵੀ ਜ਼ਰੂਰ ਸ਼ੇਅਰ ਕਰੋ। ਔਰ ਆਪਾਂ ਸਾਰਾ ਐਨਾਲਿਸਿਸ ਕਰਾਂਗੇ ਕਿ ਕਿੰਨੀ ਵੋਟਾਂ ਦਾ ਪਰਸੈਂਟੇਜ ਰਿਹਾ, ਕਿੰਨੀ ਵੋਟਾਂ ਦਾ ਮਾਰਜਨ ਰਿਹਾ, ਔਰ ਪਹਿਲੇ ਕਿਹੜੇ ਕਿਹੜੇ MP ਸੀਗੇ। ਪਹਿਲੇ ਤੁਹਾਨੂੰ ਅਪਡੇਟ ਕਰ ਦਈਏ ਕਿ BJP ਦੇ ਜਿਹੜੇ 7 MP ਵਿੱਚੋਂ 5 MP ਤਾਂ ਰਿਪੀਟ ਹੋਏ ਸੀਗੇ, ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ ਕਿ 5 MP ਰਿਪੀਟ ਹੋਏ ਸੀ, 2 ਨਵੇਂ MP ਆਏ ਸੀਗੇ, ਗੌਤਮ ਗੰਭੀਰ ਈਸਟ ਦਿੱਲੀ ਤੋਂ ਔਰ ਹੰਸ ਰਾਜ ਹੰਸ ਆਏ ਸੀਗੇ ਵੈਸਟ ਨੌਰਥ ਵੈਸਟ ਦਿੱਲੀ ਦੇ ਵਿੱਚ। ਉਸ ਤੋਂ ਇਲਾਵਾ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿੰਨੇ ਕਿੰਨੇ ਜੋ ਕਿ ਵੋਟ ਮਾਰਜਨ ਮਿਲਿਆ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਤੁਸੀਂ ਆਪਣੇ ਸਕਰੀਨ ਦੇ ਰਾਈਟ ਹੈਂਡ ਸਾਈਡ 'ਤੇ ਦੇਖ ਹੀ ਰਹੇ ਹੈਗੇ ਹੋ ਕਿ ਸਾਰੇ ਦਿੱਲੀ ਦਾ ਹੀ ਸਪੈਸ਼ਲੀ ਹੈ ਜੋ ਚਾਰਟ ਦਿਖਾਈ ਦੇ ਰਿਹਾ ਕਿ ਕਿਹੜੇ ਕੈਂਡੀਡੇਟ ਜਿੱਤੇ, ਕਿਹੜੇ ਕੈਂਡੀਡੇਟ ਹਾਰੇ ਆ, ਉਹਨਾਂ ਦੇ ਨਾਮ, ਉਹਨਾਂ ਦੀ ਪਾਰਟੀ ਦੇ ਨਾਮ ਸਾਰੇ ਅਸੀਂ ਅਪਡੇਟ ਕਰ ਰਹੇ ਹੈਗੇ ਹਾਂ। ਇਸ ਟਾਈਮ ਅਸੀਂ ਜੋ ਕਿ 7 ਸੀਟਾਂ ਦੀ ਗੱਲਬਾਤ ਕਰਾਂਗੇ ਕਿ ਚਾਂਦਨੀ ਚੌਕ ਦੇ ਵਿੱਚ ਡਾਕਟਰ ਹਰਸ਼ ਵਰਧਨ ਜਿਹੜੇ ਹੈਗੇ ਨੇ ਉਹ ਡਾਕਟਰ ਭਾਰਤੀ ਜਨਤਾ ਪਾਰਟੀ ਤੋਂ ਉਹ 22 ਜੋ ਕਿ 2,29,976 ਵੋਟਾਂ ਦੇ ਮਾਰਜਨ ਤੋਂ ਉਹ ਜੈ ਪ੍ਰਕਾਸ਼ ਅਗਰਵਾਲ JP ਅਗਰਵਾਲ ਜੋ ਕਿ ਕਾਂਗਰਸ ਪਾਰਟੀ ਦੇ ਜਿਹੜੇ MP ਕੈਂਡੀਡੇਟ ਦੇ ਉਹ ਦਾਅਵੇਦਾਰ ਸੀਗੇ ਉਹਨਾਂ ਨੂੰ ਪਛਾੜਦੇ ਹੋਏ ਅੱਗੇ ਚੱਲ ਰਹੇ ਹੈਗੇ ਆ। ਔਰ ਜੇ ਆਪਾਂ ਚਾਂਦਨੀ ਚੌਕ ਦੀ ਪੂਰੀ ਜੀ ਆਪਾਂ ਸੀਟ ਦੀ ਗੱਲ ਕਰਦੇ ਹੈਗੇ ਤਾਂ ਡਾਕਟਰ ਹਰਸ਼ ਵਰਧਨ ਨੂੰ ਜੋ ਕਿ ਪਹਿਲੇ ਕ੍ਰਿਸ਼ਨਾ ਨਗਰ ਸੀਟ ਤੋਂ MLA ਹੋਇਆ ਕਰਦੇ ਸੀਗੇ, ਬਾਅਦ 'ਚ ਉਹ ਕੈਬਨਿਟ ਮਿਨਿਸਟਰ ਵੀ ਬਣੇ ਚਾਂਦਨੀ ਚੌਕ ਦੀ ਸੀਟ ਤੋਂ ਲੜ ਕੇ, ਡਾਕਟਰ ਹਰਸ਼ ਵਰਧਨ ਨੂੰ ਜਿਹੜਾ ਹੈਗਾ ਹੁਣ ਤੱਕ 5,08,542 ਜਿਹੜੀ ਵੋਟਾਂ ਹੈਗੀਆਂ ਪੈ ਚੁੱਕੀ ਆ। ਹੁਣ ਤੱਕ ਜੋ ਵੋਟਾਂ ਪੋਲ ਹੋਈਆਂ ਉਹਦੀ ਜੇ ਆਪਾਂ ਪਰਸੈਂਟੇਜ ਕੈਲਕੂਲੇਟ ਕਰਦੇ ਹਾਂ ਤਾਂ 53.31% ਹੈਗੀ ਹੈ, ਯਾਨੀ ਕਿ 53% ਜਿਹੜੀ ਹੈਗੀ ਹੈ ਵੋਟਾਂ ਡਾਕਟਰ ਹਰਸ਼ ਵਰਧਨ ਨੂੰ ਪਈਆਂ। ਜੈ ਪ੍ਰਕਾਸ਼ ਅਗਰਵਾਲ ਦੀ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਕਿ JP ਅਗਰਵਾਲ
ਜਿਹੜੇ ਹੈਗੇ ਨੇ ਕਾਂਗਰਸ ਦੇ, ਉਹਨਾਂ ਨੂੰ ਜਿਹੜੀ ਹੈਗੀ ਹੈ 2,78,566 ਵੋਟਾਂ ਜਿਹੜੀਆਂ ਹੈਗੀਆਂ ਉਹ ਪਈਆਂ। ਔਰ ਤੀਸਰੇ ਨੰਬਰ 'ਤੇ ਜੋ ਆਏ ਹੈਗੇ ਨੇ ਜੈਪ੍ਰਕਾਸ਼ ਅਗਰਵਾਲ ਨੂੰ 29.2% ਪਈਆਂ, ਹੋਰ ਪੰਕਜ ਕੁਮਾਰ ਗੁਪਤਾ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਉਹ ਤੀਸਰੇ ਨੰਬਰ 'ਤੇ ਆਏ ਨੇ, ਉਹਨਾਂ ਨੂੰ ਸਿਰਫ 1,41,552 ਸੀਟਾਂ ਹੀ ਜਿਹੜੀ ਹੈਗੀ ਹੈ ਉਹਨਾਂ ਨੂੰ ਮਿਲੀਆਂ ਨੇ, ਯਾਨੀ ਕਿ 14.84% ਜਿਹੜੀ ਆਪਾਂ ਕਹਿ ਸਕਦੇ ਹਾਂ। ਅਤੇ ਇੱਕ ਨਾ ਗੱਲ ਚੱਲਦੀ ਸੀ ਕਿ ਗਠਬੰਧਨ ਦੀ, ਕਿ ਜੇ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜੇ ਗਠਬੰਧਨ ਹੋ ਜਾਂਦਾ ਤਾਂ ਸ਼ਾਇਦ ਇਹ ਸਮੀਕਰਨ ਬਦਲ ਸਕਦੇ ਸੀ, ਸ਼ਾਇਦ ਇਹ ਸਮੀਕਰਨ ਉਲਟ ਸਕਦੇ ਸੀਗੇ। ਪਰ ਜੇ ਆਪਾਂ ਇੱਥੇ ਕੈਲਕੂਲੇਸ਼ਨ ਕਰ ਲੈਂਦੇ ਹਾਂ ਕਿ ਜੇ ਦੋਵਾਂ ਦੀ ਆਪਾਂ ਇੱਕ ਐਨਾਲਿਸਿਸ ਵੀ ਕਰਾਂਗੇ ਕਿ ਜੇ ਗਠਬੰਧਨ ਹੋ ਜਾਂਦਾ ਤਾਂ ਕੌਣ ਜਿੱਤ ਸਕਦਾ ਸੀ ਤਾਂ ਨਹੀਂ, ਅਤੇ ਜੇ ਦੋਨਾਂ ਕੈਂਡੀਡੇਟਾਂ ਦੀ ਆਪਾਂ ਪਰਸੈਂਟੇਜ ਕੈਲਕੂਲੇਟ ਕਰ ਲੈਂਦੇ ਹੈਗੇ ਤਾਂ 29.2% ਜੈਪ੍ਰਕਾਸ਼ ਅਗਰਵਾਲ ਅਤੇ 14.84%, ਅਤੇ ਯਾਨੀ ਕਿ ਤਕਰੀਬਨ ਜੇ ਆਪਾਂ ਇਹਦੀ ਕੈਲਕੂਲੇਸ਼ਨ ਕੱਢਦੇ ਹੈਗੇ ਹਾਂ ਤਾਂ ਇਹ ਜਿਹੜਾ ਹੈਗਾ 44 ਜਿਹੜਾ ਹੈਗਾ ਪਰਸੈਂਟ ਦੇ ਅਪਰੋਕਸ ਜਿਹੜਾ ਹੈਗਾ ਉਹ ਪੰਦਾ ਹੈਗਾ। ਯਾਨੀ ਕਿ ਜੇ ਦੋਨਾਂ ਦਾ ਗਠਬੰਧਨ ਵੀ ਹੋ ਜਾਂਦਾ ਤਾਂ ਵੀ ਜਿਹੜਾ ਹੈਗਾ ਬੀਜੇਪੀ ਦੀ ਇਹ ਸੀਟ ਹੈ ਪੱਕੀ ਸੀਗੀ ਡਾਕਟਰ ਹਰਸ਼ਵਰਧਨ ਨੂੰ, ਇੰਨੇ ਸੀਟ ਜਿਹੜੇ ਹੈਗੇ ਯਾਨੀ ਕਿ 53% ਮਿਲਦੇ ਹੈਗੇ ਆ ਹੁਣ, ਅਤੇ ਜੇ ਉਹ ਦੋਨਾਂ ਦਾ ਗਠਬੰਧਨ ਹੋ ਜਾਂਦਾ ਤਾਂ ਦੋਨਾਂ ਕੈਂਡੀਡੇਟਾਂ ਨੂੰ 40% ਵੋਟਾਂ ਪਈਆਂ ਤਾਂ ਵੀ ਇਹ ਬੀਜੇਪੀ ਦੀ ਸੀਟ ਹੈ ਪੱਕੀ ਸੀਗੀ। ਅਗਲੀ ਸੀਟ ਵੱਲ ਚੱਲਦੇ ਹੈਗੇ ਆ ਈਸਟ ਦਿੱਲੀ ਜੀ, ਬੜੀ ਇੱਕ ਹੋਟ ਸੀਟ ਮੰਨੀ ਜਾ ਰਹੀ ਸੀਗੀ ਕਿਉਂਕਿ ਗੌਤਮ ਗੰਭੀਰ ਵਰਗਾ ਵੱਡਾ ਇੱਕ ਖਿਲਾੜੀ ਜਿਹੜਾ ਇਸ ਦੁਰੰਧਰ ਜਿਹੜਾ ਆਪਣੀ ਪਿੱਚਾਂ 'ਤੇ ਕਮਾਲ ਦਿਖਾਉਂਦਾ ਸੀਗਾ, ਰਾਜਨੀਤੀ ਪਾਰੀ ਦੇ ਵਿੱਚ ਉਹ ਆਪਣਾ ਕਮਾਲ ਦਿਖਾਉਣ ਆਇਆ ਸੀਗਾ, ਔਰ ਇਸ ਕਰਕੇ ਵੀ ਮੰਨੀ ਜਾ ਰਹੀ ਸੀ ਕਿਉਂਕਿ ਇਸ ਸੀਟ ਦੇ ਉੱਪਰ ਆਰੋਪ ਪ੍ਰਤੀਰੋਪ ਦੇ ਕਈ ਜੋ ਕਿ ਮਾਮਲੇ ਵੀ ਲੱਗਦੇ ਰਹੇ। ਆਤਿਸ਼ੀ ਜੋ ਕਿ ਆਮ ਆਦਮੀ ਪਾਰਟੀ ਦੀ 1.5-2 ਸਾਲਾਂ ਤੋਂ ਟਿਕਟ ਉਹਨਾਂ ਨੂੰ ਮਿਲੀ ਹੋਈ ਸੀਗੀ, ਐਕਟਿਵ ਸੀਗੇ, ਔਰ ਅਰਵਿੰਦਰ ਸਿੰਘ ਲਵਲੀ ਜੋ ਕਿ ਇੱਕ 20-25-30 ਸਾਲਾਂ ਤੋਂ ਇੱਧਰ ਦੇ ਚਿਹਰੇ ਸੀਗੇ, ਕਦੀ ਵੀ ਉਹ ਇਲੈਕਸ਼ਨ ਨਹੀਂ ਸੀ ਹਾਰੇ, ਸੋ ਉਹਨਾਂ ਦਾ ਵੀ ਇੱਕ ਰਿਕਾਰਡ ਜਿਹੜਾ ਹੈਗਾ ਟੁੱਟਿਆ ਹੈਗਾ। ਪਹਿਲੀ ਵਾਰੀ ਸ਼ਾਇਦ ਉਹਨਾਂ ਨੇ ਹਾਰ ਦਾ ਵੀ ਸਾਹਮਣਾ ਆਪਣੀ ਜ਼ਿੰਦਗੀ ਵਿੱਚ ਕੀਤਾ ਹੈਗਾ, ਅੱਜ ਤੱਕ ਕਦੀ ਉਹ 4 ਵਾਰੀ ਜਿਹੜਾ ਹੈਗਾ MLA ਰਹੇ ਸੀਗੇ, 2-3 ਵਾਰੀ ਮੰਤਰੀ ਵੀ ਰਹੇ, ਪਰ ਪਹਿਲੀ ਵਾਰੀ ਅੱਜ ਉਹਨਾਂ ਨੂੰ ਹਾਰ ਦਾ ਜਿਹੜਾ ਹੈਗਾ ਚਿਹਰਾ ਵੀ ਵੇਖਣਾ ਪਿਆ ਹੈਗਾ। ਕੀ ਮਾਰਜਨ ਰਿਹਾ ਗੌਤਮ ਗੰਭੀਰ ਔਰ ਰਵਿੰਦਰ ਸਿੰਘ ਲਵਲੀ ਦਾ? ਉਹ ਰਿਹਾ ਤਕਰੀਬਨ 3,91,222 ਵੋਟਾਂ ਦਾ, ਜਦਕਿ ਪਿਛਲੀ ਵਾਰੀ ਮਹੇਸ਼ ਗਿਰੀ ਜਿਹੜੇ ਸੀਗੇ ਉਹ ਸਿਰਫ ਜੋ ਪਹਿਲੇ ਸਾਂਸਦ ਸੀਗੇ ਮਹੇਸ਼ ਗਿਰੀ ਸਿਰਫ 1,90,463 ਵੋਟਾਂ ਨਾਲ ਜਿੱਤੇ ਸੀਗੇ। ਸੋ ਇਸ ਕੀ ਹੈ ਐਤਕੀ ਹੈ ਮਾਰਜਨ ਵੀ ਤਕਰੀਬਨ ਜਿਹੜਾ ਹੈਗਾ ਡਬਲ ਹੋ ਗਿਆ, 3,91,000 ਦਾ ਮਾਰਜਨ ਹੋ ਗਿਆ। ਪਰ ਕੈਂਡੀਡੇਟ ਕੀ ਵੋਟਸ ਮਿਲੇ ਸੀਗੇ ਉਹ ਵੀ ਅਸੀਂ ਤੁਹਾਨੂੰ ਦੱਸਦੇ ਹੈਗੇ, ਹਜੇ ਵੀ ਅਪਡੇਟ ਹੋਈ ਜਾ ਰਿਹਾ ਹੈਗਾ। ਈਸਟ ਦਿੱਲੀ ਸੀਟ ਦੀ ਅਸੀਂ ਜੇ ਗੱਲ ਕਰ ਰਹੇ ਹੈਗੇ ਹਾਂ ਤਾਂ ਈਸਟ ਦਿੱਲੀ ਦੇ ਵਿੱਚ ਸਭ ਤੋਂ ਵੱਡੇ ਗੌਤਮ ਗੰਭੀਰ ਨੂੰ ਮਿਲਦੇ ਹੈਗੇ ਆ 6,95,109 ਵੋਟ, ਯਾਨੀ ਟੋਟਲ 55%। ਸੈਕਿੰਡ ਨੰਬਰ 'ਤੇ ਜੋ ਅਰਵਿੰਦਰ ਸਿੰਘ ਲਵਲੀ ਕਾਂਗਰਸ ਤੋਂ ਰਹੇ ਆ ਉਹਨਾਂ ਨੂੰ ਮਿਲਦੇ ਹੈਗੇ ਆ 3,04,718 ਵੋਟ, ਔਰ ਜਿਨ੍ਹਾਂ ਨੂੰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 24.24%, ਯਾਨੀ ਕਿ ਤਕਰੀਬਨ 25% ਜਿਹੜੇ ਵੋਟ ਉਹਨਾਂ ਨੂੰ ਪਏ ਹੈਗੇ। ਔਰ ਆਤਿਸ਼ੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੇਡੀਜ਼ ਕੈਂਡੀਡੇਟ ਸੀਗੀ, ਓਨਲੀ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਇਕਲੌਤੀ ਲੇਡੀਜ਼ ਕੈਂਡੀਡੇਟ ਸੀਗੀ, ਉਹਨੂੰ ਮਿਲੇ ਸੀਗੇ 2,19,156 ਵੋਟ, ਔਰ 17.4% ਦੀ ਵੋਟਿੰਗ ਪਰਸੈਂਟੇਜ ਜਿਹੜੀ ਹੈਗੀ ਅਸੀਂ ਆਪਾਂ ਕਹਿ ਸਕਦੇ ਹੈਗੇ ਹਾਂ। ਅਤੇ ਇੱਥੇ ਵੀ ਜੇ ਆਪਾਂ ਗੱਲ ਕਰਦੇ ਹਾਂ ਕਿ ਜੇ ਗਠਬੰਧ ਹੁੰਦਾ ਤਾਂ ਕੀ ਹੈ ਕਾਂਗਰਸ ਜਿਹੜੀ ਹੈਗੀ ਆਮ ਆਦਮੀ ਪਾਰਟੀ ਔਰ ਕਾਂਗਰਸ ਕੀ ਹੈ ਸੀਟ ਨੂੰ ਸੇਵ ਕਰ ਸਕਦੇ ਸੀਗੇ ਬੀਜੇਪੀ ਤੋਂ, ਬਚਾ ਸਕਦੇ ਸੀ ਕਿ ਨਹੀਂ। 17% ਆਤਿਸ਼ੀ ਔਰ 24% ਅਰਵਿੰਦਰ ਸਿੰਘ ਲਵਲੀ ਦੇ ਜੇ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਵੀ ਇਹ ਕੈਲਕੂਲੇਸ਼ਨ ਜਿਹੜੀ ਹੈਗੀ ਆ 35-7 ਜਿਹੜੀ ਹੈਗੀ ਆ ਆਪਣਾ ਤਕਰੀਬਨ ਯਾਨੀ ਕਿ 42-43% ਜਿਹੜੀ ਹੈਗੀ ਤਕਰੀਬਨ ਬੈਠਦੀ ਹੈਗੀ ਆ, ਅਤੇ 55% ਗੌਤਮ ਗੰਭੀਰ ਨੂੰ ਬੀਜੇਪੀ ਨੂੰ ਮਿਲਦਾ। ਯਾਨੀ ਕਿ ਜੇ ਦੋਨਾਂ ਦਾ ਗਠਬੰਧਨ ਹੋ ਵੀ ਜਾਂਦਾ ਤਾਂ ਵੀ ਇਹ ਸੀਟ ਜਿਹੜੀ ਹੈਗੀ ਬੀਜੇਪੀ ਦੀ ਖੈਮੇ ਦੇ ਵਿੱਚ ਆਉਣੀ ਪੱਕੀ ਸੀਗੀ। ਔਰ ਇੱਕ ਸਿੱਖ ਕੈਂਡੀਡੇਟ ਵੀ ਇਸ ਸੀਟ ਤੋਂ ਖੜ੍ਹੇ ਸੀਗੇ ਜਿਨ੍ਹਾਂ ਦਾ ਨਾਮ ਹੈਗਾ ਮਨਜੀਤ ਸਿੰਘ, ਐਡਵੋਕੇਟ ਮਨਜੀਤ ਸਿੰਘ, ਜੋ ਕਿ ਪਿਛਲੀ ਵਾਰੀ ਵੀ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕੰਟੈਸਟ ਕੀਤਾ ਸੀ MP ਇਲੈਕਸ਼ਨ ਦੇ ਵਿੱਚ, ਐਤਕੀ ਫਿਰ ਉਹਨਾਂ ਨੇ ਆਪਣਾ ਹੌਸਲਾ ਨਾ ਛੱਡਦੇ ਹੋਏ ਇਲੈਕਸ਼ਨ ਦੇ ਵਿੱਚ ਕੰਟੈਸਟ ਕੀਤਾ ਹੈਗਾ। ਅਤੇ ਉਹਨਾਂ ਨੂੰ ਜਿਹੜਾ ਹੈਗਾ ਤਕਰੀਬਨ ਜੇ ਆਪਾਂ ਮਨਜੀਤ ਸਿੰਘ ਨੂੰ ਰਾਸ਼ਟਰ ਨਿਰਮਾਣ ਪਾਰਟੀ ਤੋਂ ਉਹਨਾਂ ਨੇ ਜੋ ਕਿ ਸ਼ਾਇਦ ਆਪਣਾ ਪਰਚਾ ਦਰਜ ਕੀਤਾ ਸੀਗਾ ਤਾਂ ਉਹ ਉਹਨਾਂ ਨੂੰ ਮਿਲੇ ਹੈਗੇ 634 ਵੋਟ ਤਕਰੀਬਨ 0.05%, 634 ਵੋਟ ਉਹਨਾਂ ਨੂੰ ਮਿਲੇ ਹੈਗੇ ਆ ਸਿੱਖ ਕੈਂਡੀਡੇਟ ਹੈਗੇ, ਇਸ ਬਾਰੇ ਅਸੀਂ ਗੱਲ ਕਰ ਰਹੇ ਹੈਗੇ ਹਾਂ। ਅੱਗੇ ਅਸੀਂ ਚੱਲਦੇ ਹੈਗੇ ਨਵੀਂ ਦਿੱਲੀ ਦੀ ਸੀਟ ਦੀ, ਬੜੀ ਇੱਕ ਵੱਡੀ ਔਰ ਗਰਮ ਸੀਟ ਜਿਹੜੀ ਦੇਖੀ ਜਾ ਰਹੀ ਸੀਗੀ ਨਵੀਂ ਦਿੱਲੀ ਦੀ ਸੀਟ, ਕਿ ਨਵੀਂ ਦਿੱਲੀ ਦੀ ਸੀਟ ਦੇ ਵਿੱਚ ਕੀ ਬਣਦਾ ਹੈਗਾ, ਕਿਉਂਕਿ ਮੀਨਾਕਸ਼ੀ ਲੇਖੀ ਔਰ ਅਜੇ ਮਾਕਨ ਦੇ ਵਿੱਚ ਇੱਕ ਵੱਡੀ ਟੱਕਰ ਦੇਖੀ ਜਾਣੀ ਸੀ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਈ ਵੀ ਹੈ।
ਔਰ ਮੀਨਾਕਸ਼ੀ ਲੇਖੀ ਫਿਰ ਵੀ ਲੀਡ ਕਰਦੀ ਗਈ 255,728 ਵੋਟਾਂ ਤੋਂ, ਹੋਰ ਆਪਣੀ ਜਿੱਤ ਜਿਹੜੀ ਉਹਨਾਂ ਨੇ ਦਰਜ ਕਰਾਈ ਹੈਗੀ ਹੈ, ਪੱਕੀ ਕੀਤੀ ਹੈਗੀ ਆ। ਮੀਨਾਕਸ਼ੀ ਲੇਖੀ ਨੇ 255,728 ਵੋਟਾਂ ਤੋਂ, ਪਿਛਲੀ ਵਾਰੀ ਮੀਨਾਕਸ਼ੀ ਲੇਖੀ 1,62,708 ਵੋਟਾਂ ਦੇ ਨਾਲ ਜਿੱਤੀ ਸੀਗੀ। ਯਾਨੀ ਕਿ ਮੀਨਾਕਸ਼ੀ ਲੇਖੀ ਵੀ ਐਤਕੀ ਤਕਰੀਬਨ ਜੋ ਪਿਛਲੀ ਤੋਂ ਜ਼ਿਆਦਾ ਵੋਟਾਂ ਐਤਕੀ ਲੈ ਕੇ ਗਈ ਹੈ, ਤਕਰੀਬਨ 70-80 ਹਜ਼ਾਰ ਵੋਟਾਂ ਐਤਕੀ ਉਹ ਜ਼ਿਆਦਾ ਲੈ ਕੇ ਗਏ ਹੈਗੇ ਆ। ਇਸੇ ਤਰੀਕੇ ਡਾਕਟਰ ਹਰਸ਼ ਵਰਧਨ ਜਿਹੜੀ ਆਪਾਂ ਪਹਿਲੇ ਚਾਂਦਨੀ ਚੌਕ ਦੀ ਗੱਲ ਕੀਤੀ ਸੀ, ਉਹ ਵੀ ਪਿਛਲੀ ਵਾਰੀ 1,36,320 ਵੋਟਾਂ ਤੋਂ ਜਿੱਤੇ ਸੀਗੇ, ਔਰ ਐਤਕੀ ਉਹ ਫਿਰ ਜ਼ਿਆਦਾ ਵੋਟਾਂ ਤੋਂ ਹੀ ਜਿੱਤੇ ਹੈਗੇ, 2,30,000 ਤੋਂ ਹੀ ਜਿੱਤੇ ਹੈਗੇ ਆ। ਯਾਨੀ ਕਿ ਆਪਾਂ ਸਾਰੇ ਜਿਹੜੇ ਕੈਂਡੀਡੇਟਸ ਹੈਗੇ ਆ ਪਿਛਲੀ ਵਾਰ ਤੋਂ ਉਹਨਾਂ ਨੂੰ ਜ਼ਿਆਦਾ ਵੋਟਾਂ ਪਈ ਹੈਗੀ ਹੈ, ਤਕਰੀਬਨ ਜਿਹੜੀ ਹੈਗੀ ਹੈ ਡਬਲ ਜਾਂ ਡਬਲ ਤੋਂ ਥੋੜ੍ਹਾ ਜਿਹਾ ਘੱਟ ਆਪਾਂ ਕਹਿ ਸਕਦੇ ਹਾਂ ਕਿ ਵੋਟਾਂ ਪਈਆਂ ਹੈਗੀਆਂ। ਨਵੀਂ ਦਿੱਲੀ ਵਿਧਾਨ ਸਭਾ ਜਿਹੜੀ ਕਿ ਲੋਕ ਸਭਾ ਸੀਟ ਦੀ, ਜੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਨਵੀਂ ਦਿੱਲੀ ਦੀ ਜਿਹੜੀ ਸੀਟ ਦੇ ਵਿੱਚ ਕਿਹਨੂੰ ਕਿੰਨੇ ਐਗਜੈਕਟ ਵੋਟਸ ਮਿਲੇ ਸੀਗੇ, ਮੀਨਾਕਸ਼ੀ ਲੇਖੀ ਭਾਰਤੀ ਜਨਤਾ ਪਾਰਟੀ 503,157 ਵੋਟ, ਟੋਟਲ ਪਰਸੈਂਟੇਜ 54.75%। ਅਜੇ ਮਾਕਨ ਕਾਂਗਰਸ ਤੋਂ ਜੋ ਕਿ ਸੈਕਿੰਡ ਨੰਬਰ 'ਤੇ ਰਹੇ, 247,429 ਵੋਟ, ਜੋ ਕਿ 26% ਬਣਦਾ। ਆਮ ਆਦਮੀ ਪਾਰਟੀ 1,50,000 ਯਾਨੀ ਕਿ 16% ਵੋਟ, ਅਤੇ ਫਿਰ ਜੇ ਆਪਾਂ ਇਹਨਾਂ ਦੋਨਾਂ ਨੂੰ ਜੇ ਆਪਾਂ ਜੋੜ ਲੈਂਦੇ ਹੈਗੇ ਹਾਂ ਤਾਂ ਇਹ ਤਕਰੀਬਨ ਬਣਦਾ ਹੈਗਾ 26-16 ਬਣਦਾ ਹੈਗਾ, ਤਕਰੀਬਨ ਨਹੀਂ 42-43% ਬਣਦਾ। ਯਾਨੀ ਕਿ ਫਿਰ ਜੇ ਗਠਬੰਧਨ ਹੋ ਜਾਂਦਾ ਫਿਰ ਵੀ ਇਹ ਜੋ ਸੀਟ ਜਿਹੜੀ ਹੈਗੀ ਹੈ ਬੀਜੇਪੀ ਦੀ ਪੱਕੀ ਸੀਗੀ, ਕਿਉਂਕਿ 10% ਤੋਂ ਤਕਰੀਬਨ ਉੱਪਰ ਦਾ ਮਾਰਜਨ ਇਹਦੇ ਵਿੱਚ ਰਿਹਾ ਹੈਗਾ। ਅਗਲੀ ਸੀਟ ਵੱਲ ਚੱਲਦੇ ਹਾਂ, ਨੌਰਥ ਵੈਸਟ ਦਿੱਲੀ। ਬੜੀ ਇੱਕ ਇਸ ਸੀਟ ਦੇ ਉੱਪਰ ਜੋ ਹੈ ਨਾ ਕਿ ਦੇਖਣ ਦੇ ਵਿੱਚ ਇੱਕ ਮੁਕਾਬਲਾ ਨਜ਼ਰ 'ਚ ਆ ਰਿਹਾ ਸੀਗਾ, ਕਿਉਂਕਿ ਗੌਤਮ ਗੰਭੀਰ ਦੀ ਗੱਲਾਂ ਚੱਲੀਆਂ ਕਿ ਉਹ ਬਾਹਰੀ ਕੈਂਡੀਡੇਟ ਹੈ ਜਾਂ ਉਹ ਪੈਰਾਸ਼ੂਟ ਐਂਟਰੀ ਤੋਂ ਆਏ ਆ, ਪਰ ਅਸਲ ਦੇ ਵਿੱਚ ਰਹਿਣ ਵਾਲੇ ਉਹ ਦਿੱਲੀ ਦੇ ਹੀ ਸੀਗੇ। ਪਰ ਇਸ ਸੀਟ ਐਸੀ ਸੀਟ ਸੀਗੀ ਕਿ ਜਿੱਥੇ ਇੱਕ ਐਸੇ ਕੈਂਡੀਡੇਟ ਨੂੰ ਲਿਆਇਆ ਗਿਆ ਜਿਹਦਾ ਦਿੱਲੀ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਪਰ ਸਾਰੇ ਪੰਜਾਬੀਆਂ ਦੇ ਜਾਂ ਉਹਨਾਂ ਦੇ ਚਾਹਣ ਵਾਲੇ ਦੇ ਦਿਲਾਂ 'ਤੇ ਉਹ ਰਾਜ ਕਰਦੇ ਸੀਗੇ, ਜਿਨ੍ਹਾਂ ਦਾ ਨਾਮ ਹੈ ਪਦਮ ਸ਼੍ਰੀ ਹੰਸ ਰਾਜ ਹੰਸ। ਪੰਜਾਬੀ ਸਿੰਗਰ ਨੇ, ਜਲੰਧਰ ਦੇ ਰਹਿਣ ਵਾਲੇ ਨੇ, ਪਹਿਲੇ ਅਕਾਲੀ ਦਲ ਦੇ ਵਿੱਚ ਆਪਣਾ ਭਵਿੱਖ ਟਰਾਈ ਕੀਤਾ ਸੀਗਾ, ਇਲੈਕਸ਼ਨ ਲੜੀ ਸੀ, MLA ਦੀ ਗੱਲ ਨਹੀਂ ਸੀ ਬਣੀ, ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਕਾਂਗਰਸ 'ਚ ਵੀ ਗਏ, 2016 'ਚ ਛੱਡ ਦਿੱਤੀ ਸੀਗੀ, ਅਤੇ ਉਹਦੇ ਵਿੱਚ ਵੀ ਕੋਈ ਐਸੀ ਗੱਲ ਨਹੀਂ ਬਣੀ, ਪਰ ਬੀਜੇਪੀ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਹੈਗੀ ਹੈ ਪਹਿਲੀ ਵਾਰੀ ਸ਼ਾਇਦ ਹੈਗਾ ਕਿ ਆਪਣੀ ਜਿੱਤ ਜਿਹੜੀ ਹੈਗੀ ਉਹ ਬੀਜੇਪੀ ਭਾਵੇਂ ਮੋਦੀ ਜੀ ਦੇ ਕਹਿਣ 'ਤੇ ਵੋਟਾਂ ਪਈਆਂ, ਉਹਨਾਂ ਦੇ ਆਪ ਦੇ ਕੰਮ ਕਰਕੇ ਜਿਹੜਾ ਕਿ ਉਹਨਾਂ ਨੇ ਇੰਨਾ ਦਿਨ ਪ੍ਰਚਾਰ ਕੀਤਾ ਕੰਮ, ਹਜੇ ਤਾਂ ਉਹ ਜਨਤਾ ਦੇਖੇਗੀ ਕੀ ਪ੍ਰਚਾਰ ਹੋਇਆ ਜਾਂ ਕੀ ਕੰਮ ਹੋਇਆ, ਪਰ ਜਿਹੜਾ ਪ੍ਰਚਾਰ ਕੀਤਾ ਪ੍ਰਚਾਰ ਸ਼ਾਇਦ ਐਸਾ ਜੋਸ਼ੀਲਾ ਸੀਗਾ ਜਾਂ ਮੋਦੀ ਮੈਜਿਕ ਇਸ ਸੀਟ ਦੇ ਉੱਪਰ ਵੀ ਚੱਲਿਆ ਕਿ ਹੰਸ ਰਾਜ ਹੰਸ ਵੀ ਜਿਨ੍ਹਾਂ ਦਾ ਅਕਾਲੀ ਦਲ 'ਚ ਭਵਿੱਖ ਨਹੀਂ ਬਣ ਪਾਏ, ਕਾਂਗਰਸ ਨਹੀਂ ਬਣ ਪਾਏ, ਪਰ ਬੀਜੇਪੀ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਭਵਿੱਖ ਜਿਹੜਾ ਹੈਗਾ ਐਜ਼ ਏ MP ਦਰਜ ਕਰਾ ਲਿਆ ਹੈਗਾ। ਬਾਹਰੀ ਉਮੀਦਵਾਰ ਹੋਣ ਦੇ ਬਾਵਜੂਦ ਵੀ ਜਨਤਾ ਨੇ ਉਹਨਾਂ ਨੂੰ ਦਰਕਿਨਾਰ ਨਹੀਂ ਕੀਤਾ ਹੈਗਾ, ਜਨਤਾ ਨੇ ਉਹਨਾਂ ਨੂੰ ਖੁੱਲ੍ਹੇ ਦਿਲ ਨਾਲ ਵੋਟਾਂ ਪਾਈਆਂ, ਔਰ ਇੰਨੇ ਖੁੱਲ੍ਹੇ ਦਿਲ ਨਾਲ ਵੋਟਾਂ ਪਾਈਆਂ ਕਿ ਉਹਨਾਂ ਨੂੰ ਤਕਰੀਬਨ 553,075 ਵੋਟਾਂ ਪਈਆਂ। ਯਾਨੀ ਕਿ ਬਹੁਤ ਵੱਡਾ ਇੱਕ ਜਿਹੜਾ ਮਾਰਜਨ ਅਸੀਂ ਮੰਨ ਸਕਦੇ ਹਾਂ ਜੇ ਓਵਰਆਲ ਜੇ ਦਿੱਲੀ ਦੀ ਆਪਾਂ ਗੱਲ ਕਰੀਏ 7 ਸੀਟਾਂ ਦੇ ਵਿੱਚੋਂ, ਅਤੇ ਉਹ ਸੈਕਿੰਡ ਹਾਈਐਸਟ ਮਾਰਜਨ ਹੁਣ ਤੱਕ ਦਾ ਕੈਲਕੂਲੇਟ ਕੀਤਾ ਜਾ ਰਿਹਾ ਹੰਸਰਾਜ ਹੰਸ ਨੂੰ ਜੋ ਵੋਟਾਂ ਪਈਆਂ ਹੈਗੀਆਂ। ਔਰ ਪਿਛਲੀ ਵਾਰੀ ਉਦਿਤ ਰਾਜ ਨੂੰ ਸਿਰਫ 1,00,000 ਵੋਟਾਂ, ਤਕਰੀਬਨ 1,06,000 ਵੋਟਾਂ ਪਈਆਂ ਸੀਗੀਆਂ, ਅਤੇ 1,06,000 ਵੋਟਾਂ ਪਿਛਲੀ ਵਾਰੀ BJP ਦੇ ਸਾਂਸਦ ਨੂੰ ਮਿਲੀਆਂ ਸੀਗੀਆਂ, ਅਤੇ ਐਤਕੀ ਹੰਸਰਾਜ ਦੇ ਐਤਕੀ ਦੇ BJP ਸਾਂਸਦ ਨੂੰ 553,000 ਦਾ ਮਾਰਜਨ ਜਿਹੜਾ ਮਿਲਦਾ ਪਿਆ ਹੈਗਾ। ਸੋ ਐਤਕੀ ਫੇਰ 5 ਗੁਣਾ ਮਾਰਜਨ, ਬਲਕਿ 5 ਤੋਂ ਜ਼ਿਆਦਾ ਗੁਣਾ ਮਾਰਜਨ ਜਿਹੜਾ ਹੈਗਾ, ਸੋਰੀ 5.5 ਗੁਣਾ ਮਾਰਜਨ ਜਿਹੜਾ ਹੈਗਾ ਜ਼ਿਆਦਾ ਮਿਲਿਆ ਹੈਗਾ। ਸੋ ਇਹ ਇੱਕ ਮਾਰਜਨ ਦੀ ਆਪਾਂ ਜੇ ਕਾਊਂਟਿੰਗ ਕਰਦੇ ਹਾਂ, ਕੈਲਕੂਲੇਸ਼ਨ ਕਰਦੇ ਹਾਂ, ਤਾਂ ਪਿਛਲੇ ਸਾਲ ਨਾਲੋਂ ਇਹ 1 ਸੀਟ ਕਹਿਲਾਈ ਜਾਏਗੀ, ਜਿੱਥੇ ਕਿ ਪਿਛਲੇ ਸਾਲ ਦੇ ਵਿੱਚ BJP ਦੀ ਜਿਹੜੀ ਵੋਟਾਂ ਹੈਗੀਆਂ ਉਹ ਬਹੁਤ ਜ਼ਿਆਦਾ ਵਧੀਆ, ਯਾਨੀ ਕਿ ਤਕਰੀਬਨ 4.5 ਲੱਖ ਵੋਟਾਂ ਹੈਗੀਆਂ ਉਹ ਜ਼ਿਆਦਾ ਵਧੀਆ ਹੈਗੀਆਂ। ਅੱਗੇ ਆਪਾਂ ਚੱਲਦੇ ਹਾਂ, ਅੱਗੇ ਇਸ ਸੀਟ ਦੇ ਹੋਰ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਕਿ ਟੋਟਲ, ਇਹ ਤਾਂ ਮਾਰਜਨ ਦੀ ਗੱਲ ਰਹੀ, ਟੋਟਲ ਜਿਹੜੀ ਹੈਗੀ ਹੈ ਇਸ ਸੀਟ ਦੇ ਵਿੱਚ ਕਿੰਨੇ ਕੁ ਉਹਨਾਂ ਨੂੰ ਜਿਹੜੇ ਹੈਗੇ ਵੋਟਸ ਮਿਲੇ ਨੇ। ਨੌਰਥ ਵੈਸਟ ਸੀਟ ਤੋਂ ਹੰਸ ਰਾਜਨਸ ਨੂੰ ਟੋਟਲ ਵੋਟ ਪੋਲ ਹੋਏ ਜਿਹੜੇ ਮਿਲੇ ਸੀਗੇ ਉਹਦੇ ਵਿੱਚ 847,737 ਵੋਟਾਂ, 60.47% ਵੋਟਾਂ ਹੰਸ ਰਾਜ ਹੰਸ ਨੂੰ ਹੁਣ ਤੱਕ ਦਾ ਅਸੀਂ ਮੈਕਸੀਮਮ ਕੈਲਕੂਲੇਟ ਕੀਤਾ ਕਿ ਕਿਸੇ BJP ਕੈਂਡੀਡੇਟ ਨੂੰ ਦਿੱਲੀ ਦੇ ਵਿੱਚ ਇਹਨਾਂ ਜੋ ਕੀ ਪਿਆ। ਅੱਗੇ ਵੀ ਆਪਾਂ ਦੇਖਦੇ ਹਾਂ ਕਿ ਉਹ ਮੈਕਸੀਮਮ ਰਹਿੰਦਾ ਹੈ, ਹੰਸ ਰਾਜ ਹੰਸ ਵਿਨਰ ਰਹਿੰਦੇ ਨੇ।
ਸੈਕਿੰਡ ਨੰਬਰ 'ਤੇ ਆਏ ਨੇ। ਇਹ ਐਸੀ ਸੀਟ ਹੈਗੀ ਹੈ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ, ਹੁਣ ਤੱਕ ਦੀ ਆਪਾਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ, ਹੁਣ ਤੱਕ ਦੀ ਐਸੀ ਸੀਟ ਹੈਗੀ ਹੈ ਕਿ ਗੁੱਗਨ ਸਿੰਘ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ, ਉਹ ਸੈਕਿੰਡ ਨੰਬਰ 'ਤੇ ਰਹੇ ਨੇ। ਆਮ ਆਦਮੀ ਪਾਰਟੀ ਨੇ ਇਸ ਸੀਟ 'ਤੇ ਆਪਣੀ ਸੈਕਿੰਡ ਪੋਜੀਸ਼ਨ ਬਣਾਈ ਹੈਗੀ ਆ। ਜੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੈਕਿੰਡ ਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਗੁੱਗਨ ਸਿੰਘ ਨੂੰ ਮਿਲੇ ਹੈਗੇ 294,662 ਵੋਟ। ਟੋਟਲ ਪਰਸੈਂਟੇਜ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ ਇਸੇ ਸੀਟ 'ਤੇ ਬਹੁਤ ਜ਼ਿਆਦਾ ਵੋਟ ਮਿਲੇ, 21% ਵੋਟ ਮਿਲੇ ਹੈਗੇ ਆ, ਜਿੱਥੇ ਹੰਸਰਾਜ ਹੰਸ ਨੂੰ 60% ਵੋਟ ਮਿਲਣਾ ਅਤੇ 21% ਇਸ ਜਗ੍ਹਾ ਤੋਂ ਵੋਟ ਮਿਲਣਾ, ਇਸਦਾ ਮਤਲਬ ਕਿ ਯਾਨੀ ਕਿ ਇਸ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਥੇ ਜਿਹੜਾ ਹੈਗਾ ਵੋਟਾਂ ਪਾਈਆਂ ਹੈਗੀਆਂ। ਔਰ ਰਾਜੇਸ਼ ਲਰੋਠੀਆ ਜੋ ਕਿ ਕਾਂਗਰਸ ਦੇ ਹੈਗੇ ਨੇ, ਉਹਨਾਂ ਨੂੰ ਵੀ ਕੋਈ ਘੱਟ ਵੋਟਾਂ ਨਹੀਂ ਪਈਆਂ, 236,803 ਵੋਟਾਂ ਪਈਆਂ, ਜੋ ਕਿ 16.89 ਯਾਨੀ ਕਿ ਤਕਰੀਬਨ 17% ਵੋਟਾਂ ਇਹਨਾਂ ਨੂੰ ਪਈਆਂ। ਅਤੇ ਇਹਨਾਂ ਦੋਨਾਂ ਦਾ ਫੇਰ ਕੈਲਕੂਲੇਸ਼ਨ ਕਰ ਲੈਂਦੇ ਹਾਂ, 21 ਅਤੇ 16 ਜੇ ਆਪਾਂ ਕੈਲਕੂਲੇਟ ਕਰਦੇ ਹੈਗੇ ਹਾਂ ਤਾਂ ਇਹ ਬਣ ਜਾਂਦਾ ਹੈਗਾ 21 ਅਤੇ 10 31, 31 ਅਤੇ 6 ਯਾਨੀ 37% ਟੋਟਲ ਬਣਦਾ, ਮਹਾਂਗਠਬੰਧਨ ਹੋ ਜਾਂਦਾ। ਅਤੇ ਫਿਰ ਵੀ BJP ਦੀ ਸੀਟ ਪੱਕੀ ਸੀਗੀ ਕਿਉਂਕਿ 60% ਹੋਰ 47 ਜੋ ਕਿ 37% ਦਾ ਬਹੁਤ ਇੱਕ ਫਰਕ ਆਪਸ 'ਚ ਦੇਖਣ ਨੂੰ ਮਿਲਦਾ। ਅਗਲੀ ਸੀਟ ਦੀ ਗੱਲ ਕਰਦੇ ਹੈਗੇ ਜਿਹਦੇ 'ਤੇ ਉੱਪਰ ਸਾਰੀ ਦੁਨੀਆ ਦੀ ਨਜ਼ਰ ਸੀਗੀ ਕਿਉਂਕਿ ਇੱਥੇ ਦੋ ਪਾਰਟੀ ਪ੍ਰਧਾਨਾਂ ਦੀ ਲੜਾਈ ਸੀਗੀ। ਉਸ ਸੀਟ ਦਾ ਨਾਮ ਹੈਗਾ ਨੌਰਥ ਈਸਟ ਦਿੱਲੀ। ਨੌਰਥ ਈਸਟ ਦਿੱਲੀ ਦੋ ਪਾਰਟੀ ਪ੍ਰਧਾਨ ਯਾਨੀ ਕਿ ਸ਼ੀਲਾ ਦੀਕਸ਼ਿਤ ਜੋ ਕਿ 15 ਸਾਲ ਮੁੱਖ ਮੰਤਰੀ ਦਿੱਲੀ ਦੀ ਰਹਿ ਚੁੱਕੀ ਨੇ, ਉਹ ਉੱਥੇ ਸੀਗੀ। ਨੰਬਰ 2 'ਤੇ ਮਨੋਜ ਤਿਵਾਰੀ ਜੋ ਕਿ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਨੇ, ਉਹ ਅਧਿਅਕਸ਼ ਨੇ, ਉਹ ਵੀ ਇੱਥੇ ਸੀਗੇ। ਦੋਨਾਂ ਦੇ ਵਿੱਚ ਇੱਕ ਟਫ ਫਾਈਟ ਕਹੀ ਜਾਣੀ ਸੀਗੀ, ਪਰ ਬੁਰੀ ਖਬਰ ਫਿਰ ਇੱਕ ਵਾਰ ਸ਼ੀਲਾ ਦੀਕਸ਼ਿਤ ਵਾਸਤੇ, ਦੂਸਰੀ ਵਾਰ ਲਗਾਤਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਸਰੀ ਵਾਰ ਲਗਾਤਾਰ ਦਾ ਮਤਲਬ ਹੈ ਕਿ ਪਹਿਲੇ ਉਹ ਅਰਵਿੰਦ ਕੇਜਰੀਵਾਲ, ਉਹ ਵੀ ਜੋ ਕਿ ਪਾਰਟੀ ਪ੍ਰਧਾਨ ਸੀਗੇ, ਉਹਨਾਂ ਤੋਂ ਆਪਣੀ ਆਪ ਦੀ MLA ਸੀਟ ਤੋਂ ਉਹਨਾਂ ਨੂੰ ਹਾਰ ਖਾਣੀ ਜਿਹੜੀ ਹੈਗੀ ਖਾਣੀ ਪਈ ਸੀਗੀ। ਦੂਸਰੀ ਵਾਰ ਲਗਾਤਾਰ ਉਹਨਾਂ ਦੀ ਜਿਹੜੀ ਹਾਰ ਹੋਈ ਹੈ ਉਹ ਵਿਧਾਨ ਸਭਾ ਇਲੈਕਸ਼ਨ 'ਚ ਹੋਈ ਸੀ, MP ਇਲੈਕਸ਼ਨ ਦੇ ਵਿੱਚ ਹੋਈ ਹੈ। ਸ਼ੀਲਾ ਦੀਕਸ਼ਿਤ ਨੂੰ ਦਿੱਲੀ ਤੋਂ ਵਿੱਚੇ ਜੇ ਗਾਇਬ ਕਰ ਦਿੱਤਾ ਗਿਆ ਸੀਗਾ, ਦੁਬਾਰਾ ਉਹਨਾਂ ਨੂੰ ਲਿਆਇਆ ਗਿਆ, ਲੱਗਿਆ ਕਿ ਸ਼ਾਇਦ ਸ਼ੀਲਾ ਦੀਕਸ਼ਿਤ ਦੁਬਾਰਾ ਆਪਣਾ ਕੋਈ ਜਾਦੂ ਚਲਾ ਪਾਏਗੀ, ਪਰ ਸ਼ਾਇਦ ਸ਼ੀਲਾ ਦੀਕਸ਼ਿਤ ਆਪਣਾ ਕੋਈ ਵਰਚਸਵ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੋਈ ਆਪਣਾ ਇੰਪੈਕਟ ਜਿਹੜਾ ਹੈਗਾ ਦਿੱਲੀ ਦੇ ਲੋਕਾਂ ਦੇ ਉੱਪਰ ਦੁਬਾਰਾ ਆ ਕੇ ਵੀ ਨਹੀਂ ਪਾ ਪਾਈ, ਜਿਹਦੇ ਕਰਕੇ ਉਹਨਾਂ ਨੂੰ ਫਿਰ ਜਿਹੜਾ ਹੈਗਾ ਮੂੰਹ ਦੀ ਖਾਣੀ ਪਈ। ਔਰ ਮਨੋਜ ਤਿਵਾਰੀ ਐਸ ਸੀਟ ਤੋਂ, ਜਦਕਿ ਬਾਹਰ ਹੀ ਸੀਗੇ ਪਹਿਲੇ, ਔਰ ਐਸ ਸੀਟ ਤੋਂ ਆ ਕੇ ਉਹਨਾਂ ਨੇ ਜਿਹੜੇ ਹੈਗੀ ਹੈ ਦੂਸਰੀ ਵਾਰੀ ਬੜਤ ਕੀਤੀ ਹੈਗੀ। ਔਰ ਵੋਟਿੰਗ ਦਾ ਮਾਰਜਨ ਜਿਹੜਾ ਉਹ ਕੀ ਰਿਹਾ ਹੈਗਾ, ਵੋਟਿੰਗ ਮਾਰਜਨ ਤਕਰੀਬਨ ਰਿਹਾ ਹੈਗਾ 3,63,969 ਵੋਟਾਂ ਦਾ, ਔਰ ਜਦਕਿ ਪਿਛਲੇ ਵਾਰੀ ਇਹ ਮਾਰਜਨ ਸੀਗਾ 1,44,000 ਦਾ। ਫਿਰ ਇੱਥੇ ਡਬਲਿੰਗ ਦੇਖਣ ਨੂੰ ਮਿਲਦੀ ਹੈ ਕਿ ਪਿਛਲੀ ਵਾਰੀ 1,44,000 ਦਾ ਮਾਰਜਨ ਸੀਗਾ, ਐਤਕੀ ਉਹ ਮਾਰਜਨ 3,63,000 ਦਾ। ਯਾਨੀ ਕਿ ਇਹ ਲਗਾਤਾਰ ਹੁਣ ਤੱਕ BJP ਦੀ ਐਸੀ ਸੀਟਾਂ ਨੇ ਜਿੱਥੇ ਮਾਰਜਨ ਜਿਹੜਾ ਹੈਗਾ ਉਹਨਾਂ ਦਾ ਵਾਧਾ ਜਾ ਰਿਹਾ ਹੈਗਾ। ਅਗਲੀ ਜਿਹੜੀ ਆਪਾਂ ਸੀਟ ਦੀ ਐਸੇ ਸੀਟ ਦੇ ਆਪਾਂ ਜੇ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ ਕਿ ਟੋਟਲ ਕਿੰਨੇ ਵੋਟਸ ਜਿਹੜੇ ਹੈਗੇ ਕਿਹੜੇ ਕਿਹੜੇ ਕੈਂਡੀਡੇਟ ਨੂੰ ਮਿਲੇ ਹੈਗੇ ਆ, ਤਾਂ ਮਾਰਜਨ ਦੀ ਗੱਲ ਕੀਤੀ ਸੀ ਅਸੀਂ। ਮਨੋਜ ਤਿਵਾਰੀ ਨੂੰ ਇਸ ਸੀਟ ਤੋਂ ਮਿਲੇ, 785,000, ਯਾਨੀ ਕਿ 785,000 ਮਨੋਜ ਤਿਵਾਰੀ ਨੂੰ ਇਸ ਸੀਟ ਤੋਂ ਮਿਲੇ, ਜੋ ਕਿ ਟੋਟਲ ਪਰਸੈਂਟੇਜ ਆਪਾਂ ਜੇ ਰਹੀਏ ਤਾਂ 53%। ਸੈਕਿੰਡ ਨੰਬਰ 'ਤੇ ਇੱਥੇ ਰਹੇ ਸ਼ੀਲਾ ਦੀਕਸ਼ਿਤ, 421,293 ਵੋਟਾਂ, ਜੋ ਕਿ ਰਹੀਆਂ 28%। ਤੀਸਰੇ ਨੰਬਰ 'ਤੇ ਆਮ ਆਦਮੀ ਪਾਰਟੀ ਦੇ ਦਿਲੀਪ ਪਾਂਡੇ ਰਹੇ, 1,90,586 ਵੋਟਾਂ, 13% ਵੋਟਾਂ। ਆਪਾਂ ਫਿਰ ਇੱਥੇ ਕੈਲਕੂਲੇਸ਼ਨ ਕਰਦੇ ਹਾਂ, ਡਬਲਿੰਗ ਕਰਕੇ ਦੇਖਦੇ ਹਾਂ, 28% ਸ਼ੀਲਾ ਦੀਕਸ਼ਿਤ, 29% ਤਕਰੀਬਨ ਸ਼ੀਲਾ ਦੀਕਸ਼ਿਤ ਦੀ, 13% ਜੇ ਆਮ ਆਦਮੀ ਪਾਰਟੀ ਦੀ ਜੇ ਅਸੀਂ ਜੋੜ ਲੈਂਦੇ ਹੈਗੇ ਇਹਨਾਂ ਦੇ ਵਿੱਚ, ਅਤੇ 29 ਅਤੇ 13 ਬਣਦੇ ਹੈਗੇ ਨੇ, 29 ਅਤੇ 13 ਯਾਨੀ ਕਿ 42% BJP ਨੂੰ ਮਿਲੇ, 53%। ਯਾਨੀ ਕਿ ਫਿਰ ਜੇ ਗਠਬੰਧਨ ਹੋ ਜਾਂਦਾ ਫਿਰ ਵੀ ਇਹ ਜੋ ਸੀਟ ਹੈਗੀ BJP ਦੇ ਖੇਮੇ ਦੇ ਵਿੱਚ ਹੀ ਆਉਣੀ ਸੀਗੀ। ਅਗਲੀ ਸੀਟ ਦੀ ਅਸੀਂ ਗੱਲ ਕਰਾਂਗੇ, ਅਗਲੀ ਜਿਹੜੀ ਸੀਟ ਹੈਗੀ ਹੈ ਸਾਊਥ ਦਿੱਲੀ ਦੀ ਸੀਟ, ਦੋ ਸੀਟਾਂ ਹੋਰ ਰਹਿ ਗਈਆਂ ਨੇ ਦਿੱਲੀ ਦੀ, 6ਵੀਂ ਸੀਟ ਦੀ ਗੱਲ ਕਰ ਰਹੇ ਹਾਂ ਸਾਊਥ ਦਿੱਲੀ। ਰਮੇਸ਼ ਵਿਧੂੜੀ ਇੱਧਰੋਂ ਦੂਸਰੀ ਵਾਰੀ ਜਿਹੜਾ ਹੈਗਾ ਫਿਰ MP ਦੀ ਇਲੈਕਸ਼ਨ ਜੋ ਕਿ ਜਿੱਤੇ ਨੇ, ਔਰ 3,64,772 ਵੋਟਾਂ ਤੋਂ ਅੱਗੇ ਜਦੋਂ ਚੱਲੇ ਨੇ ਉਹ ਮਾਰਜਨ ਤਕਰੀਬਨ ਉਹਨਾਂ ਨੇ ਮੇਨਟੇਨ ਕੀਤਾ। ਔਰ ਫਿਰ ਉਹੀ ਫਾਰਮੂਲਾ, ਪਿਛਲੀ ਵਾਰੀ ਉਹ ਸਿਰਫ 1,07,000 ਵੋਟਾਂ ਨਾਲ ਜਿੱਤੇ ਸੀ, ਔਰ ਐਤਕੀ 3,64,700 ਪਲੱਸ ਵੋਟਾਂ ਦੇ ਨਾਲ ਉਹ ਜਿੱਤ ਰਹੇ ਨੇ। ਔਰ ਇਹ ਦੂਸਰੀ ਆਮ ਆਦਮੀ ਪਾਰਟੀ ਦੀ ਐਸੀ ਸੀਟ ਹੈਗੀ ਹੈ, ਐਸੀ ਸੀਟ ਹੈਗੀ ਹੈ ਜਿੱਥੇ ਆਮ ਆਦਮੀ ਪਾਰਟੀ ਸੈਕਿੰਡ ਨੰਬਰ 'ਤੇ ਰਹੀ ਹੈ।
ਰਾਘਵ ਚੱਡਾ ਆਮ ਆਦਮੀ ਪਾਰਟੀ ਦੇ ਸਾਊਥ ਦਿੱਲੀ ਤੋਂ ਉਹ ਸੈਕਿੰਡ ਨੰਬਰ 'ਤੇ ਆਏ ਨੇ ਇਸ ਸੀਟ 'ਤੇ। ਵੋਟ ਮਾਰਜਨ ਤੁਹਾਨੂੰ ਦੱਸ ਦਿੱਤਾ ਹੈ, ਐਗਜੈਕਟ ਕੀ ਫੋਰ ਜਿਹੜੇ ਹੈਗੇ ਵੋਟਿੰਗ ਰਹੀ ਉਹ ਵੀ ਤੁਹਾਨੂੰ ਦੱਸਦੇ ਹੈਗੇ ਹਾਂ। ਰਮੇਸ਼ ਬਿਦੂੜੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਮਿਲੇ 6,82,875 ਵੋਟ, ਜੋ ਕਿ ਰਹੇ 56.57%। ਸੈਕਿੰਡ ਨੰਬਰ 'ਤੇ ਰਹੇ ਰਾਘਵ ਚੱਡਾ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਮਿਲੇ 3,18,103 ਵੋਟਾਂ, ਜੋ ਕਿ ਰਹੇ 26%। ਤੀਸਰੇ ਨੰਬਰ 'ਤੇ ਰਹੇ ਵਿਜੇਂਦਰ ਕੁਮਾਰ, ਜੋ ਕਿ ਇੱਕ ਮੁੱਕੇਬਾਜ਼ ਨੇ, ਇੱਕ ਐਥਲੀਟ ਨੇ, ਔਰ ਉਹਨਾਂ ਨੇ ਬੜਾ ਨਾਮ ਕੀਤਾ ਦੇਸ਼ ਦਾ, ਜੋ ਨਾਮ ਜੋ ਰੋਸ਼ਨ ਕੀਤਾ ਹੈਗਾ। ਪਰ ਇੱਕ ਸਟਾਰ ਜਿਸ ਤਰੀਕੇ, ਕਿਉਂਕਿ ਦਿੱਲੀ ਦੇ ਵਿੱਚ ਨਾ ਇੱਕ ਸਟਾਰ ਵਾਰ ਬਹੁਤ ਚੱਲ ਰਹੀ ਸੀਗੀ, ਜਿਸ ਤਰੀਕੇ ਹੰਸਰਾਜ ਹੰਸ ਨੂੰ ਐਜ਼ ਅ ਸਟਾਰ ਨੂੰ ਲਿਆਇਆ ਗਿਆ, ਗੌਤਮ ਗੰਭੀਰ ਨੂੰ ਇੱਕ ਸਟਾਰ ਨੂੰ ਪਲੇਅਰ ਨੂੰ ਲਿਆਇਆ ਗਿਆ, ਵਿਜੇਂਦਰ ਦਾ ਵੀ ਕਿਹਾ ਜਾ ਰਿਹਾ ਸੀਗਾ, ਵਿਜੇਂਦਰ ਕੁਮਾਰ ਦਾ ਵੀ ਜਾਦੂ ਐਜ਼ ਅ ਸਟਾਰ ਜ਼ਰੂਰ ਚੱਲੇਗਾ। ਪਰ ਸ਼ਾਇਦ ਮੋਦੀ ਲਹਿਰ ਦੇ ਅੱਗੇ ਜਿਹੜੀ ਹੈਗੀ ਹੈ, ਉਹਨਾਂ ਦੇ ਜਿਹੜੀ ਜਾਦੂਈ ਪਾਰੀ ਜਿਹੜੀ ਹੈਗੀ ਹੈ, ਸ਼ਾਇਦ ਉਹ ਨਹੀਂ ਚੱਲ ਪਾਈ। ਮੁੱਕੇ ਤਾਂ ਉਹਨਾਂ ਨੇ ਸ਼ਾਇਦ ਬਹੁਤ ਮਾਰੇ ਆਪਣੇ ਕਰੀਅਰ ਦੇ ਵਿੱਚ, ਪਰ ਇੱਥੇ ਉਹ ਸ਼ਾਇਦ ਰਮੇਸ਼ ਬਿਦੋੜੀ ਤੋਂ ਜਿਹੜਾ ਹੈਗਾ ਉਹ ਮਾਤ ਖਾ ਗਏ ਨੇ। ਤਕਰੀਬਨ ਜਿਹੜੀ ਹੈਗੀ ਤੀਸਰੇ ਨੰਬਰ 'ਤੇ ਆਏ ਨੇ, ਔਰ ਸਿਰਫ 1,63,911 ਵੋਟਾਂ ਪਈਆਂ, ਜੋ ਕਿ ਸਿਰਫ ਔਰ ਸਿਰਫ 13.5% ਬਣਦੀ ਹੈਗੀ ਹੈ। ਫਿਰ ਕੈਲਕੂਲੇਟ ਕਰਦੇ ਹਾਂ, 26 ਅਤੇ 13 ਯਾਨੀ ਕਿ 39, ਯਾਨੀ ਕਿ 39% ਤਕਰੀਬਨ ਵੋਟਾਂ ਬਣਦੀਆਂ। ਫਿਰ ਜੇ ਗਠਬੰਧਨ ਹੁੰਦਾ, ਜੇ 39% ਵੀ ਜਿਹੜਾ ਹੈਗਾ 56% ਦੇ BJP ਦੇ ਵੋਟਸ ਤੋਂ ਬਹੁਤ ਘੱਟ ਹੈਗਾ। ਸੋ ਫਿਰ ਇਸ ਦੇ ਉੱਪਰ ਵੀ ਜੇ BJP ਦੀ ਸੀਟ ਪੱਕੀ ਸੀਗੀ। ਅਗਲੀ ਜੋ ਲਾਸਟ ਸੀਟ ਰਹਿ ਗਈ ਦਿੱਲੀ ਦੀ, ਉਹਦੇ ਬਾਰੇ ਗੱਲ ਕਰਾਂਗੇ। ਵੈਸਟ ਦਿੱਲੀ ਦੀ ਇੱਕ ਬੜੀ ਮੰਨੀ ਔਰ ਬਹੁਤ ਵੱਡੀ ਸੀਟ ਇਹਨੂੰ ਮੰਨਿਆ ਜਾਂਦਾ, ਔਰ ਬਹੁਤ ਜ਼ਿਆਦਾ ਵੋਟਾਂ ਕਿਹਾ ਜਾਂਦਾ ਕਿ ਇਸ ਸੀਟ ਦੇ ਵਿੱਚ ਆਉਂਦੀ ਹੈਗੀ। ਬਹੁਤ ਵੱਡਾ ਏਰੀਆ ਹੈਗਾ ਔਰ ਕਾਫੀ ਪਿੰਡ ਇਸ ਸੀਟ ਦੇ ਵਿੱਚ ਆਉਂਦੇ ਆ। ਪ੍ਰਵੇਸ਼ ਸਾਹਿਬ ਸਿੰਘ ਵਰਮਾ, ਜੋ ਕਿ ਦਿੱਲੀ ਦੇ ਸਾਹਿਬ ਸਿੰਘ ਵਰਮਾ, ਜੋ ਕਿ CM ਰਹੇ ਨੇ, ਔਰ ਉਹਨਾਂ ਦੇ ਬੇਟੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਜਿਹੜੇ ਇਸ ਸੀਟ ਤੋਂ ਹੈਗੇ ਨੇ, ਔਰ ਬੜੇ ਵੱਡੇ ਮਾਰਜਨ ਤੋਂ ਫਿਰ ਉਹ ਐਤਕੀ ਜਿੱਤ ਕੇ ਆਏ ਨੇ। ਔਰ ਇੱਥੇ ਵੀ ਉਹੀ ਫਾਰਮੂਲਾ ਹੈਗਾ, ਮਲਟੀਪਲਾਈ ਬਾਏ 2। ਇੱਥੇ ਉਹ ਡਬਲ ਮਾਰਜਨ ਤੋਂ ਜਿੱਤ ਕੇ ਆ ਰਹੇ ਨੇ ਐਤਕੀ। 5,78,041 ਵੋਟਾਂ ਦਾ ਮਾਰਜਨ ਤੋਂ ਉਹ ਜਿੱਤ ਕੇ ਆ ਰਹੇ ਨੇ। ਪਿਛਲੀ ਵਾਰੀ ਜਦ ਕਿ ਉਹ ਸਿਰਫ 2,70,000 ਵੋਟਾਂ ਦੇ ਮਾਰਜਨ ਤੋਂ ਜਿੱਤੇ ਸੀਗੇ, ਯਾਨੀ ਐਤਕੀ ਫਿਰ ਮਲਟੀਪਲਾਈ ਬਾਏ 2 ਕਰ ਦਿੱਤਾ ਗਿਆ ਹੈਗਾ ਇਸ ਮਾਰਜਨ ਨੂੰ। BJP ਦੀ ਆਪਾਂ 7 ਸੀਟਾਂ ਦੀ ਗੱਲ ਕੀਤੀ ਹੈਗੀ ਹੈ, ਕਿਤੇ ਡਬਲ ਹੋ ਰਹੀ ਹੈ, ਕਿਤੇ ਟ੍ਰਿਪਲ ਹੋ ਰਹੀ ਹੈ, ਔਰ ਹੰਸਰਾਜ ਹੰਸ ਦੀ ਸੀਟ 'ਤੇ ਉਹ 5.5 ਗੁਣਾ ਹੋ ਰਹੀ ਹੈ। ਸੋ ਯਾਨੀ ਕਿ BJP ਨੂੰ ਪਹਿਲੇ ਨਾਲੋਂ ਜ਼ਿਆਦਾ ਵੋਟਾਂ ਪਈਆਂ ਹੈਗੀਆਂ, ਪਿਛਲੇ ਇਲੈਕਸ਼ਨਸ ਨਾਲੋਂ ਬਹੁਤ ਜ਼ਿਆਦਾ ਵੋਟਾਂ ਪਈ ਹੈਗੀਆਂ। ਸੋ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦਾ ਇਹ ਜੋ ਮਾਰਜਨ ਰਿਹਾ। ਸੈਕਿੰਡ ਨੰਬਰ 'ਤੇ ਆਏ ਮਹਾਬਲ ਮਿਸ਼ਰਾ, ਜੋ ਕਿ ਪਹਿਲੇ ਉੱਧਰ MP ਰਹਿ ਵੀ ਚੁੱਕੇ ਨੇ, ਉਹ ਬੜੇ ਕਦਾਵਰ ਲੀਡਰ ਨੇ, ਪਰ ਫਿਰ ਵੀ ਉਹਨਾਂ ਲੀਡਰਾਂ ਦਾ ਜਿਹੜਾ ਜਾਦੂ ਨਹੀਂ ਚੱਲ ਪਾਇਆ। ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੂੰ ਟੋਟਲ ਪਈਆਂ 8,61,483 ਵੋਟਾਂ, ਜੋ ਕਿ ਰਹੀ 60%, ਯਾਨੀ ਕਿ ਜਿਸ ਤਰ੍ਹਾਂ ਹੰਸਰਾਜ ਹੰਸ ਦੀ ਵੋਟਿੰਗ ਜਿਹੜੀ ਹੈਗੀ ਉਹਨਾਂ ਨੂੰ 60% ਵੋਟਾਂ ਮਿਲੀਆਂ, ਅਤੇ ਉਸੇ ਤਰੀਕੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੂੰ ਵੀ 60% ਵੋਟਾਂ ਮਿਲੀਆਂ ਨੇ। ਸੈਕਿੰਡ ਨੰਬਰ 'ਤੇ ਆਏ ਨੇ ਮਹਾਬਲ ਮਿਸ਼ਰਾ, ਜਿਨ੍ਹਾਂ ਨੂੰ ਮਿਲੀ ਹੈ 2,86,615 ਵੋਟਾਂ, ਯਾਨੀ ਕਿ 19%, ਔਰ ਬੜੇ ਨੇੜੇ ਤੇੜੇ ਰਹੇ ਨੇ ਬਲਬੀਰ ਸਿੰਘ ਜਾਖੜ, ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ, ਤੀਸਰੇ ਨੰਬਰ 'ਤੇ ਆਏ ਹੈ। 2,51,384 ਵੋਟਾਂ ਉਹਨਾਂ ਨੂੰ ਪਈਆਂ ਨੇ। ਤਕਰੀਬਨ ਜਿਹੜੀ ਹੈਗੀ ਹੈ 17% ਵੋਟਾਂ, ਅਸੀਂ ਕਹਿ ਸਕਦੇ ਹਾਂ ਕਿ 17% ਵੋਟਾਂ ਉਹਨਾਂ ਨੂੰ ਮਿਲੀਆਂ। ਅਤੇ ਫਿਰ ਆਪਾਂ ਦੋਨਾਂ ਨੂੰ ਜੁਆਇਨ ਕਰਦੇ ਹੈਗੇ ਹਾਂ, 19.92 ਯਾਨੀ ਕਿ 20 ਹੋ ਗਿਆ, ਅਤੇ 17% ਆਮ ਆਦਮੀ ਪਾਰਟੀ ਦੀ, ਯਾਨੀ ਕਿ 37%, ਯਾਨੀ ਕਿ ਦੋਨਾਂ ਆਪਾਂ ਜੋ ਕੈਲਕੂਲੇਟ ਕਰਕੇ ਦੇਖਿਆ ਕਿ ਜੇ ਆਪਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਜਿੱਥੇ ਵੀ ਗਠਬੰਧਨ ਕਰਕੇ ਲੜ ਲੈਂਦੀ ਤਾਂ ਵੀ ਉਹਨਾਂ ਕੋਲ 37% ਤੋਂ ਵੱਧ ਵੋਟਾਂ ਨਹੀਂ ਸੀ ਮਿਲਣੀਆਂ, ਔਰ 60% BJP ਨੂੰ ਮਿਲੀਆਂ, ਯਾਨੀ ਕਿ 7 ਸੀਟਾਂ 'ਤੇ ਹੀ ਹੈ ਜੋ ਕੈਲਕੂਲੇਸ਼ਨ ਨਿਕਲਦੀ ਹੈ ਕਿ 7 ਸੀਟਾਂ 'ਤੇ ਜੇ ਗਠਬੰਧਨ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਹੋ ਵੀ ਜਾਂਦਾ ਤਾਂ ਵੀ BJP ਜਿਹੜੀ ਹੈਗੀ ਹੈ ਉਹਨਾਂ ਨੂੰ ਮਾਤ ਨਹੀਂ ਦਿੱਤੀ ਜਾ ਸਕਦੀ ਸੀ। ਕਿ ਜੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗਠਬੰਧਨ ਵੀ ਹੋ ਜਾਂਦਾ, ਦੋਨੋਂ ਆਪਣੇ ਇਕੱਠੇ ਸੀਟਾਂ ਵੰਡ ਕੇ ਜਿਹੜਾ ਹੈਗੇ ਕੈਂਡੀਡੇਟ ਲੜਾ ਵੀ ਲੈਂਦੇ, ਫਿਰ ਵੀ ਉਹ BJP ਦੇ ਵੋਟਿੰਗ ਪਰਸੈਂਟ ਦੇ ਉਹ ਨੇੜੇ ਤੇੜੇ ਨਹੀਂ ਹੈਗੇ, ਕਿਉਂਕਿ ਮੈਕਸੀਮਮ ਜੇ ਦੋਨਾਂ ਨੂੰ ਜੋੜ ਵੀ ਲਈਏ ਤਾਂ ਵੀ 42% ਵੋਟਾਂ ਉਹਨਾਂ ਨੂੰ ਮਿਲਦੀਆਂ ਨੇ। ਪਰ BJP ਦੇ ਸਾਰੇ ਕੈਂਡੀਡੇਟ 55% ਤੋਂ ਮਿਨੀਮਮ ਅਤੇ 60% ਤੋਂ ਵੱਧ ਜਿਹੜੀ ਹੈਗੀ ਹੈ ਵੋਟਾਂ ਇੱਥੇ ਲੈ ਕੇ ਅੱਗੇ ਲੀਡ ਕਰਦੇ ਪਏ ਨੇ। ਤਕਰੀਬਨ ਜਿਹੜਾ ਹੈਗਾ ਰਿਜ਼ਲਟ ਜਿਹੜਾ ਹੈਗਾ ਆ ਚੁੱਕਾ ਹੈਗਾ। ਆਖਰੀ ਕੁਛ ਰਾਊਂਡ ਦੇ ਵਿੱਚ ਗੱਲਾਂ ਬਾਤਾਂ ਰਹਿ ਗਈਆਂ ਨੇ ਜੋ ਸ਼ਾਇਦ ਕੋਈ ਬਹੁਤ ਵੱਡਾ ਇੱਕ ਤਬਦੀਲੀ ਲੈ ਕੇ ਨਹੀਂ ਆਏਗੀ, ਕਿਉਂਕਿ ਹੁਣ ਤੱਕ ਦਾ ਜਿਹੜਾ ਇੱਕ ਮੈਕਸੀਮਮ ਮਾਰਜਨ ਹੈਗਾ ਉਹ 5,78,000 ਦਾ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦਾ ਹੈਗਾ ਨੰਬਰ 1 'ਤੇ, ਉਹ ਮਾਰਜਨ 'ਤੇ ਲੈ ਕੇ ਆਏ ਨੇ। ਸੈਕਿੰਡ ਨੰਬਰ 'ਤੇ ਹੰਸਰਾਜ ਹੰਸ 5,53,000, ਔਰ ਮਿਨੀਮਮ ਮਾਰਜਨ ਜਿਹੜਾ ਅਸੀਂ ਕਹਿ ਰਹੇ ਹਾਂ ਉਹ ਹੈਗਾ ਮਿਨੀਮਮ ਮਾਰਜਨ 2,25,000 ਚਾਂਦਨੀ ਚੌਕ ਦੀ ਡਾਕਟਰ ਹਰਸ਼ਵਰਧਨ ਦੀ ਸੀਟ 'ਤੇ ਹੈਗਾ।
ਸੋ ਇਹਨਾਂ ਸੱਤਾਂ ਸੀਟਾਂ ਦੇ ਉੱਪਰ ਟਫ ਫਾਈਟ ਤਾਂ ਕਿਤੇ ਵੀ ਨਹੀਂ ਹੈਗੀ, ਕਲੀਅਰ ਨੇ ਕਿ ਬੀਜੇਪੀ ਦੀ ਸੱਤੋਂ ਸੀਟਾਂ ਜਿਹੜੀ ਹੈਗੀ ਉਹਨਾਂ ਦੀ ਝੋਲੀ ਦੇ ਵਿੱਚ ਆ ਚੁੱਕੀ ਹੈਗੀ ਆ। ਲਗਾਤਾਰ ਅਪਡੇਟ ਕਰ ਰਹੇ ਹੈਗੇ ਹਾਂ, ਟੀਮ ਸਾਡੇ ਨਾਲ ਜੁੜੀ ਹੋਈ ਹੈ, ਤੁਸੀਂ ਦੇਖ ਰਹੇ ਹੋ ਕਿ ਵੱਡੇ ਵੱਡੇ ਕਦਾਵਰ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਮਾਤ ਖਾਣੀ ਪਈ ਹੈਗੀ ਆ। ਟੀਮ ਜਿਹੜੀ ਹੈਗੀ ਸਾਡੀ ਜੋ ਕੰਮ ਕਰਦੀ ਪਈ ਹੈਗੀ ਆ, ਲਗਾਤਾਰ ਤੁਸੀਂ ਦੇਖ ਰਹੇ ਹੈਗੇ ਹੋ ਕਿ ਲਗਾਤਾਰ ਜੋ ਕਿ ਸਾਰੀ ਅਪਡੇਟਸ ਹੋ ਲਾਈਵ ਅਪਡੇਟਸ ਸਾਰੇ ਸਿਸਟਮਸ ਲਗਾ ਕੇ ਕੰਪਿਊਟਰਸ ਦੇ ਨਾਲ ਸਾਰੀ ਕੈਲਕੂਲੇਸ਼ਨ ਕੱਢੀ ਜਾ ਰਹੀ ਹੈਗੀ ਆ। ਔਰ ਦਿੱਲੀ ਸਟੂਡੀਓ ਦੀ ਇਹ ਖਾਸ ਜਿਹੜੀ ਹੈਗੀ ਪੇਸ਼ਕਸ਼ ਕੀਤੀ ਜਾ ਰਹੀ ਹੈਗੀ ਆ ਕਿ ਦਿੱਲੀ ਦੀ ਸੱਤਾਂ ਸੀਟਾਂ 'ਤੇ ਕੌਣ ਅੱਗੇ ਰਾਜ ਕਰੇਗਾ, ਕੌਣ ਆਏਗਾ ਦਿੱਲੀ ਤੋਂ ਇਸ ਸੰਸਦ ਦੇ ਵਿੱਚ, ਜੋ ਕਿ 542 ਸੀਟਾਂ ਜਿਹਦੇ ਵਿੱਚ ਖਾਲੀ ਪਈਆਂ ਸੀਗੀਆਂ, 7 ਸੀਟਾਂ ਦਿੱਲੀ ਦੇ ਉਹਨਾਂ ਬੀਜੇਪੀ ਦੇ ਕੈਂਡੀਡੇਟਸ ਨੂੰ ਉਹਨਾਂ ਦੇ ਨਾਲ ਭਰ ਲਿਆ ਹੈਗਾ। ਇਸੇ ਤਰੀਕੇ ਸਾਰੀ ਕਵਰੇਜ ਦੇ ਨਾਲ ਤੁਹਾਨੂੰ ਅਸੀਂ ਜੋੜਦੇ ਰਹਾਂਗੇ, ਲਗਾਤਾਰ ਤੁਸੀਂ ਦੇਖਦੇ ਰਹੋ ਅਕਾਲ ਚੈਨਲ। ਐਨਾਲਿਸਿਸ ਲੈ ਕੇ ਅਸੀਂ ਤੁਹਾਡੇ ਅੱਗੇ ਆਏ ਸੀਗੇ। ਸੰਗਤ ਜੀ, ਸਾਡੀ ਟੀਮ ਜਿਹੜੀ ਸਾਡੇ ਨਾਲ ਜੁੜੀ ਹੈਗੀ ਹੈ, ਮਿਹਨਤ ਕਰ ਰਹੀ ਹੈਗੀ ਆ, ਆਪ ਸਾਰੀ ਸੰਗਤ ਤੱਕ, ਸਾਰੇ ਦਰਸ਼ਕਾਂ ਤੱਕ, ਜੋ ਕਿ ਤੇਜ਼ ਤਰਾਰ ਹੋਰ ਸਹੀ ਐਨਾਲਿਸਿਸ ਪਹੁੰਚੇ, ਟੀਮ ਦਾ ਵੀ ਧੰਨਵਾਦ ਕਰਦੇ ਹਾਂ। ਗੁਰਵਿੰਦਰ ਸਿੰਘ ਰੰਧਾਵਾ ਸਾਡੇ ਨਾਲ, ਜਸਪ੍ਰੀਤ ਸਿੰਘ ਸੂਰਮਾ ਸਾਡੇ ਨਾਲ, ਔਰ ਜਜਵਿੰਦਰ ਸਿੰਘ ਸੰਨੀ ਸਾਡੇ ਨਾਲ ਇੱਥੇ ਮੌਜੂਦ ਸੀਗੇ ਦਿੱਲੀ ਤੋਂ, ਦਾਸ ਗੁਰਪ੍ਰੀਤ ਸਿੰਘ ਫਤਿਹ ਅੱਜ ਕਰਦਾ ਹੈਗਾ। ਔਰ ਇਸੇ ਤਰੀਕੇ ਚਾਹੁੰਦਾ, ਬੇਨਤੀ ਕਰਾਂਗੇ ਕਿ ਇਸੇ ਤਰੀਕੇ ਤੁਸੀਂ ਸਾਰੇ ਰਿਜ਼ਲਟਸ ਵਾਸਤੇ ਔਰ ਜੁੜੇ ਰਹੋ ਔਰ ਦੇਖਦੇ ਰਹੋ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।